ਬਾਕੀ ਆਪਾਂ ਅਰਦਾਸ ਤੇ ਆਉਂਦੇ ਹਾਂ ਜੀ, ਹੈ ਨਾ? ਬਿਲਕੁਲ ਬਿਲਕੁਲ। ਤੇ ਜਦੋਂ ਮੈਂ ਪਹਿਲੀ ਅਰਦਾਸ ਦੇਖੀ, ਫਿਰ ਦੂਜੀ ਵੀ ਦੇਖੀ, ਮੈਨੂੰ ਲੱਗਾ ਹਾਏ ਰੱਬਾ, ਐਡੀ ਸੋਹਣੀ ਫਿਲਮ ਦਾ ਹਿੱਸਾ ਮੈਂ ਕਿਉਂ ਨਹੀਂ ਆ? ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਕਿ ਮੈਂ ਵੀ ਇੱਕ ਵਧੀਆ ਫਿਲਮ 'ਚ, ਇੱਕ ਚੰਗੀ ਫਿਲਮ, ਜਿਹਨੂੰ ਮੈਂ ਕਹਿੰਦੀ ਹਾਂ ਸਾਰੀ ਦੁਨੀਆ ਨੇ ਦੋਨੇ ਫਿਲਮਾਂ ਨੂੰ ਰੱਜਵਾਂ ਪਿਆਰ ਦਿੱਤਾ, ਅਤੇ ਲੱਗਦਾ ਵੀ ਅਸੀਂ ਵੀ ਇੱਕ ਚੰਗੇ ਪ੍ਰੋਜੈਕਟ ਦਾ ਹਿੱਸਾ ਬਣੀਏ। ਸੋ ਮੈਨੂੰ ਜਦੋਂ ਇਸ ਫਿਲਮ ਲਈ ਕਾਲ ਆਈ ਤਾਂ ਮੈਨੂੰ ਇੰਨਾ ਚਾਅ ਚੜ੍ਹਿਆ ਮੈਂ ਦੱਸ ਨਹੀਂ ਸਕਦੀ। ਔਰ ਨਾਲ ਹੀ ਇੱਕ ਹੋਰ ਬਹੁਤ ਵੱਡੀ ਫਿਲਮ ਸੀ ਅਤੇ ਮੈਨੂੰ ਪਤਾ ਨਾ ਲੱਗੇ ਹੁਣ ਮੈਂ ਕੀ ਕਰਾਂ, ਹੈ ਨਾ? ਬਟ ਅਰਦਾਸ ਤਾਂ ਪਤਾ ਨਹੀਂ ਮੈਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਸੀ ਤਾਂ ਸ਼ਾਇਦ ਮੇਰੀ ਝੋਲੀ ਪਈ ਸੀ। ਓਏ ਹੋਏ ਹੋਏ ਹੋਏ, ਬਹੁਤ ਖੂਬ। ਅਤੇ ਫਿਰ ਮੈਂ ਇੱਕ ਛੋਟੀ ਜਿਹੀ ਗੱਲ ਆ ਨਿੱਜੀ ਕਿ ਮੈਂ ਅਮੈਰੀਕਾ ਜਾਣਾ ਸੀ ਅਤੇ ਫਿਰ ਮੈਨੂੰ ਮੇਰੀਆਂ ਡੇਟਾਂ ਵਿੱਚ ਆਉਂਦਿਆਂ ਸੀ। ਮੈਂ ਕਿਹਾ ਰੱਬਾ ਹੁਣ ਮੈਂ ਕੀ ਕਰਾਂ, ਕਿਉਂਕਿ ਮੇਰੇ ਕੋਲ ਵੀਜ਼ਾ ਵੀ ਮੇਰਾ ਖਤਮ ਹੋ ਰਿਹਾ ਸੀ, ਜਾਣਾ ਜ਼ਰੂਰੀ ਸੀਗਾ ਬਹੁਤ। ਅਤੇ ਫਿਰ ਮੈਂ ਜੀ, ਫਿਰ ਮੈਂ ਅੱਖਾਂ ਬੰਦ ਕਰਕੇ ਰੱਬ ਮੂਹਰੇ ਅਰਦਾਸ ਕੀਤੀ ਅਤੇ ਹੁਣ ਜੋ ਤੂੰ ਕਰੇਗਾ ਵਧੀਆ ਕਰੇਗਾ। ਫਿਰ ਮੈਂ ਮੇਰੀ ਅਰਦਾਸ ਫਿਲਮ ਨੂੰ ਚੁਣਿਆ ਜੀ ਅਤੇ ਫਿਰ ਮੈਂ ਅਰਦਾਸ ਵਿੱਚ ਆ ਗਈ ਅਤੇ ਅੱਜ ਮੈਂ ਬਹੁਤ ਖੁਸ਼ ਹੈ ਅਰਦਾਸ ਫਿਲਮ ਕਰਕੇ। ਮਤਲਬ ਅਰਦਾਸ ਫਿਲਮ ਕਰਦੇ ਆਏ ਲੱਗਿਆ ਜਿਵੇਂ ਅਸੀਂ ਸਾਰੇ ਸਾਰੇ ਹੱਜ ਨਾਲੇ ਹੁੰਦੇ ਹਾਂ, ਸਾਰੇ ਤੀਰਥ ਨਾਲੇ ਹੁੰਦੇ ਹਾਂ, ਜਿਵੇਂ ਕੋਈ ਮਤਲਬ ਇੱਦਾਂ ਦਾ ਕੋਈ ਛੱਡਿਆ ਹੀ ਨਹੀਂ ਜਗ੍ਹਾ ਜਿੱਥੇ ਆਪਾਂ, ਸਾਡੀਆਂ ਬੁੜੀਆਂ ਆਮ ਕਹਿੰਦੀਆਂ ਜੀ ਭਾਈ ਮੈਂ ਤਾਂ ਹੁਣ ਤੀਰਥ ਨਹਾਉਣ ਜਾਣਾ ਜੀ, ਬਹੁਤ ਹੋ ਗਿਆ। ਸੱਚੀ ਫਿਲਮ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਐਂਡ ਵਾਲੇ ਦਿਨ ਤੱਕ ਐਂ ਲੱਗਦਾ ਸੀ ਜਿਵੇਂ ਅਸੀਂ ਨਾ ਵੀ ਤੀਰਥ ਯਾਤਰਾ 'ਤੇ ਆਏ ਹੋਈਏ। ਜ਼ਿੰਦਗੀ ਦੀਆਂ ਉਹ ਕੌੜੀਆਂ ਸੱਚਾਈਆਂ ਜਿਨ੍ਹਾਂ ਨੂੰ ਬੰਦਾ ਮੰਨਦਾ ਹੀ ਨਹੀਂ, ਹਮੇਸ਼ਾ ਉਹਦੇ ਮੂਹਰੇ ਘਰਾਂ 'ਚ ਵਾਪਰਦੀਆਂ ਨੇ, ਉਹ ਸੱਚਾਈਆਂ ਤੋਂ ਇਹ ਫਿਲਮ ਜਾਣੂ ਕਰਵਾਊਗੀ ਸਾਰਿਆਂ ਨੂੰ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਕਿ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਹੰਬਲ ਮੋਸ਼ਨ ਦਾ, ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ। ਔਰ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਦਾਂ ਦੀਆਂ ਫਿਲਮਾਂ ਸਾਡੀ ਪੰਜਾਬੀ ਇੰਡਸਟਰੀ ਲਈ ਹੁਣ ਬਣ ਰਹੀਆਂ ਨੇ, ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ। ਮੈਂ ਦੁਬਾਰਾ ਗਿੱਪੀ ਜੀ ਦਾ ਔਰ ਹੰਬਲ ਮੋਸ਼ਨ ਦਾ ਥੈਂਕਸ ਕਰਦੀ ਹਾਂ ਇਸ ਫਿਲਮ ਦਾ ਮੈਨੂੰ ਪਾਰਟ ਬਣਾਉਣ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਡਮ।